ਸਿੱਧੂ ਮੂਸੇਵਾਲਾ ਦੇ ਚਾਹਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਛੇਤੀ ਹੀ ਰਿਲੀਜ਼ ਹੋਵੇਗਾ ਜਿਵੇਂ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਸੱਤਵਾਂ ਗੀਤ ਹੈ ਜਿਹੜਾ ਕਿ ਰਿਲੀਜ਼ ਹੋਣ ਜਾ ਰਿਹਾ ਹੈ ਇਸ ਸਬੰਧ ਵਿੱਚ ਸਿੱਧੂ ਮੂਸੇਵਾਲਾ ਦੇ ਪੇਸ਼ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸੇ ਮਹੀਨੇ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਸਨੀ ਮਾਲਟਰ ਨਾਲ ਇਹ ਗੀਤ ਹੈ ਜਿਹੜਾ ਛੇਤੀ ਹੀ ਉਸ ਦੇ ਚਾਹਣ ਵਾਲਿਆਂ ਦੀ ਕਚਹਿਰੀ ਵਿੱਚ ਪੇਸ਼ ਹੋਵੇਗਾ ਤਾਂ 10 ਅਪ੍ਰੈਲ ਨੂੰ ਇਹ ਗੀਤ ਰਿਲੀਜ਼ ਹੋਵੇਗਾ ਮੂਸੇਵਾਲਾ ਤੇ ਰੈਪਰ ਸਨੀ ਮਾਲਟਨ ਦਾ ਗੀਤ ਛੇਤੀ ਹੀ ਰਿਲੀਜ਼ ਹੋਣ ਜਾ ਰਿਹਾ ਹੈ ਚੰਦ ਘੰਟੇ ਬਾਕੀ ਨੇ ਤੇ ਸਿੱਧੂ ਮੂਸੇਵਾਲਾ ਦੇ ਫੈਨਸ ਦੀਆਂ ਦਿਲਾਂ ਦੀਆਂ ਧੜਕਣਾ ਇਸ ਵੇਲੇ ਵਧੀਆਂ ਹੋਈਆਂ ਨੇ ਕਿਉਂਕਿ ਛੇ ਗੀਤ ਬੇहद ਮਕਬੂਲ ਕੀਤੇ ਗਏ ਨੇ ਜਿਹੜੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਸੀ ਇਸ ਸਾਲ ਵਿੱਚ ਸਿੱਧੂ ਮੂਸੇਵਾਲਾ ਦਾ ਰਿਲੀਜ਼ ਹੋਣ ਵਾਲਾ ਇਹ ਦੂਜਾ ਗੀਤ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਛੇ ਗੀਤ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋ ਚੁੱਕੇ ਨੇ ਹਰ ਗੀਤ ਨੂੰ ਕਰੋੜਾਂ ਵਿਊਜ਼ ਮਿਲੇ ਨੇ ਕਰੋੜਾਂ ਲੋਕਾਂ ਨੇ ਇਹਨਾਂ ਨੂੰ ਪਸੰਦ ਕੀਤਾ ਹੈ ਤਾਂ ਸਿੱਧੂ ਮੂਸੇਵਾਲਾ ਦੇ ਚਾਹਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਦੇ ਮੌਤ ਬਾਅਦ ਜਿੰਨੇ ਵੀ ਗੀਤ ਰਿਲੀਜ਼ ਹੋਏ ਨੇ ਉਹ ਟੌਪ 10 ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ ਨੇ ਕਈ ਗੀਤ ਹਾਲੇ ਤੱਕ ਲੋਕਾਂ ਵੱਲੋਂ ਪਸੰਦ ਕੀਤੇ ਜਾ ਰਹੇ ਨੇ ਲਗਾਤਾਰ ਉਹਨਾਂ ਨੂੰ ਸੁਣਿਆ ਜਾ ਰਿਹਾ ਤਾਂ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ ਮੁਸੇਵਾਲਾ ਦਾ ਨਵਾਂ ਗੀਤ ਛੇਤੀ ਹੀ ਰਿਲੀਜ਼ ਹੋਣ ਜਾ ਰਿਹਾ ਹੈ ਫਿਲਹਾਲ ਇਸ ਤੇ ਗੱਲਬਾਤ ਕਰਨ ਲਈ ਜੁੜਾਂਗੇ ਕਮਾਈਨੀ ਦੇ ਨਾਲ ਕਮਾਈਨੀ ਚੰਦ ਘੰਟੇ ਬਾਕੀ ਨੇ ਸਿੱਧੂ ਮੁਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਹਾਂਜੀ ਬਿਲਕੁਲ ਉਹਨਾਂ ਦਾ ਜਿਹੜਾ ਨਵਾਂ ਗੀਤ ਹੈ 410 410 ਰਿਲੀਜ਼ ਹੋਣ ਜਾ ਰਿਹਾ ਹੈ ਏਤੀ ਜਿਹੜੀ ਇਨਫੋਰਮੇਸ਼ਨ ਸੀ ਉਹ ਇੱਕ ਹਿੰਟ ਦੇ ਤੌਰ ਤੇ ਫਨੀ ਮਾਲਟਨ ਨੇ ਪਹਿਲੇ ਹੀ ਆਪਣੇ ਇੰਸਟਾਗ੍ਰam ਪੇਜ ਤੇ ਦੇ ਦਿੱਤੀ ਸੀ ਇੱਕ ਤਸਵੀਰ ਉਹਨਾਂ ਨੇ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਵੈਦਰ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਇਨ ਦਾ ਸਟੋਰੀ অর ਦਾ ਪੋਸਟ ਉਹਨਾਂ ਨੇ ਲਿਖਿਆ ਸੀ ਸਕੇਰੀ ਆਰਜ਼ ਅਲਰਟ ਉਸ ਤੋਂ ਬਾਅਦ ਬੈਂਪਟਨ ਦਾ ਟੈਂਪਰੇਚਰ 4 ਡਿਗਰੀ ਸੀ ਔਰ ਮਾਨਸਾ ਦਾ 10 ਡਿਗਰੀ ਉਹਨਾਂ ਦੋਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੇ ਪੋਸਟ ਸ਼ੇਅਰ ਕਰਕੇ ਕਿਹਾ ਸੀਗਾ ਵੀ ਜੇ ਤੁਸੀਂ ਇਹ ਸੋ ਕੇ ਕਮੈਂਟ ਪਾ ਦੋਗੇ ਤੇ ਗਾਣਾ ਦੇ ਪੋਸਟਰ ਜਿਹੜਾ ਉਹ ਸ਼ੇਅਰ ਕੀਤਾ ਜਾਏਗਾ ਸੋ ਉਸ ਤੋਂ ਬਾਅਦ ਅੱਜ ਉਹਨਾਂ ਨੇ ਗਾਣੇ ਦਾ ਪੋਸਟਰ ਜਿਹੜਾ ਹੈ ਸਾਂਝਾ ਕਰ ਦਿੱਤਾ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਉਹਨਾਂ ਦੇ ਘਰ ਦੇ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਦੇ ਯਾਰ ਦੋਸਤ ਔਰ ਉਹਨਾਂ ਨੂੰ ਪਿਆਰ ਕਰਨ ਵਾਲੇ ਬਹੁਤ ਐਕਸਾਈਟਡ ਨੇ ਕਿਉਂਕਿ ਇੱਕ ਵਾਰ ਫਿਰ ਤੋਂ ਸਨੀ ਮਾਲਟਨ ਤੇ ਸਿੱਧੂ ਮੂਸੇਵਾਲੇ ਦੀ ਜਿਹੜੀ ਆਵਾਜ਼ ਹੈ ਉਹ ਉਹਨੂੰ ਮਿਲੇਗੀ ਹਾਂ ਬਿਲਕੁਲ ਕਮਾਈਨੀ ਸਿੱਧੂ ਮਸਾਲੇ ਦੇ ਚਾਹਣ ਵਾਲਿਆਂ ਲਈ ਦੋਰੀ ਖੁਸ਼ੀ ਹੈ ਕਿਉਂਕਿ ਇੱਕ ਸਿੱਧੂ ਮੂਸੇਵਾਲਾ ਦੇ ਰੂਪ ਵਿੱਚ ਉਹਨਾਂ ਦੇ ਘਰ ਬੱਚਾ ਆ ਚੁੱਕਾ ਹੈ ਉਹਨਾਂ ਦਾ ਭਰਾ ਛੋਟਾ ਭਰਾ ਆ ਚੁੱਕਾ ਹੈ ਤੇ ਹੁਣ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹਾਂਜੀ ਬਿਲਕੁਲ ਜਿਹੜਾ ਛੋਟਾ ਸ਼ੁਭਦੀਪ ਆਇਆ ਹੈ ਉਹ ਉਸ ਦੀ ਖੁਸ਼ੀ ਤਾਂ ਉਹਨਾਂ ਦੇ ਪਰਿਵਾਰ ਵਾਲੇ ਐਨੇ ਜ਼ਿਆਦਾ ਖੁਸ਼ ਨੇ ਉਹ ਐਨਾ ਜ਼ਿਆਦਾ ਬਾਈਗੁਰ ਦਾ ਧੰਨਵਾਦ ਕਰਦੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਇਹ ਪੂਰੀ ਦੁਨੀਆ ਦੀ ਦੁਆਵਾਂ ਦੇ ਸਦਕਾ ਇਹ ਸਭ ਵਾਪਸ ਦੁਬਾਰਾ ਖੁਸ਼ੀ ਆ ਪਈ ਹੈ ਔਰ ਗੀਤ ਵੀ ਹੁਣ ਰਿਲੀਜ਼ ਹੋਣ ਜਾ ਰਿਹਾ ਹੈ 10 ਤਰੀਕ ਨੂੰ ਅਪ੍ਰੈਲ ਮਹੀਨੇ ਦੀ ਇੱਕ ਗੀਤ ਰੀਲਸ ਹੋਵੇਗਾ ਔਰ ਹਾਲ ਹੀ ਦੇ ਵਿੱਚ ਇੱਕ ਸਮਾਗਮ ਵੀ ਕੀਤਾ ਗਿਆ ਪਾਲਸਿੰਗ ਫਰਮਾਵਲ ਨੂੰ ਜਿਸ ਦੇ ਵਿੱਚ ਉਹਨਾਂ ਨੇ ਨਾ ਸੁਖਣਾ ਸੁਖੀ ਸੀ ਕਿ ਉਹ ਜੁਤੀ ਨਹੀਂ ਪਾਉਣ ਜੇ ਜਦੋਂ ਤੱਕ ਮਾਤ ਸ਼ਰਨ ਕੌਰ ਦੀ ਗੋਦ ਫਿਰ ਤੋਂ ਜਿਹੜੀ ਹੈ ਉਹ ਭਰਮ ਚ ਜਾਊਗੀ ਔਰ ਹਾਲੀ ਦੇ ਵਿੱਚ ਉਸ ਸਮਾਗਮ ਦੇ ਵਿੱਚ ਵੀ ਬੀਤਾਪੁਰ ਗੌਰ ਸਿੰਘ ਨੇ ਆਗੇ ਸ਼ਬਦਾਂ ਧੰਵਾਦ ਕੀਤਾ ਔਰ ਇਹ ਜਾਣਕਾਰੀ ਵੀ ਸਾਂਝੀ ਕੀਤੀ ਖੁਸ਼ੀ ਦੀ ਗੀਤ ਦੀ ਖੁਸ਼ੀ ਵੀ ਉਹਨਾਂ ਨੇ ਸਾਂਝੀ ਕੀਤੀ ਔਰ ਨਾਲ ਦੇ ਨਾਲ ਹੀ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੁੰਦੇ ਹੋਏ ਉਹਨੇ ਸ਼ਬਦਾਂ ਧੰਵਾਦ ਦੇ ਤੌਰ ਪਰਿਵਾਰ ਵਾਕ ਦੇ ਵਿੱਚ ਬਹੁਤ ਖੁਸ਼ ਹੈ ਜੀ ਕਮਾਈ ਨੇ ਬਹੁਤ ਬਹੁਤ ਸ਼ੁਕਰੀਆ ਤਸਿੱਦੂ ਮੁਸੇਵਾਲਾ ਦੇ ਚਾਹਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ ਇੱਕ ਨਵਾਂ ਗੀਤ ਸਿੱਧੂ ਮੁਸੇਵਾਲਾ ਦਾ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਜਿਵੇਂ ਇਹ ਕਿ ਇਸ ਸਾਲ ਵਿੱਚ ਸਿੱਧੂ ਮੁਸੇਵਾਲਾ ਦਾ ਇਹ ਦੂਜਾ ਗੀਤ ਹੋਵੇਗਾ ਜਿਹੜਾ 10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਚੰਦ ਘੰਟੇ ਬਾਕੀ ਨੇ ਸਿੱਧੂ ਮੁਸੇਵਾਲਾ ਦੇ ਚਾਹਣ ਵਾਲਿਆਂ ਦੇ ਦਿਲ ਦੀਆਂ ਧੜਕਣਾਂ ਵਧੀਆਂ ਹੋਈਆਂ ਨੇ ਹੁਣ ਤੁਹਾਨੂੰ ਦੱਸ ਦਿਆਂ ਕਿ ਸਿੱਧੂ ਮੁਸੇਵਾਲਾ ਦੇ ਮੌਤ ਤੋਂ ਬਾਅਦ ਕਿਹੜਾ ਕਿਹੜਾ ਗੀਤ ਕਦੋਂ-ਕਦੋਂ ਰਿਲੀਜ਼ ਹੋਇਆ ਮੌਤ ਤੋਂ ਬਾਅਦ ਪਹਿਲਾ ਗੀਤ SYLC ਜਿਹੜਾ ਕਿ 23 ਜੂਨ 2022 ਨੂੰ ਰੀਲੀਜ਼ ਹੋਇਆ ਸੀ ਯਾਨੀ ਕਰੀਬ 1 ਮਹੀਨਾ ਬਾਅਦ ਸਿੱਧੂ ਮੂਸੇਵਾਲਾ ਦੀ ਮੌਤ ਤੋਂ 1 ਮਹੀਨਾ ਬਾਅਦ ਇਹ ਗੀਤ ਰਿਲੀਜ਼ ਹੋਇਆ ਸੀ ਉਸ ਤੋਂ ਬਾਅਦ ਦੂਜਾ ਗੀਤ ਵਾਰ ਸੀ ਜਿਹੜਾ 8 ਨਵੰਬਰ ਸਾਲ 2022 ਵਿੱਚ ਰਿਲੀਜ਼ ਹੋਇਆ ਸੀ ਤੀਜਾ ਗੀਤ ਸੀ ਮੇਰੇ ਨਾਂ 7 ਅਪ੍ਰੈਲ 2023 ਨੂੰ ਇਹ ਗੀਤ ਰਿਲੀਜ਼ ਹੋਇਆ ਸੀ ਉਸ ਤੋਂ ਬਾਅਦ ਚੌਥਾ ਗੀਤ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਵਾਂ ਗੀਤ ਜਿਹੜਾ ਉਹਨਾਂ ਦਾ ਰਿਲੀਜ਼ ਹੋਇਆ ਸੀ ਉਹ ਸੀ ਵਾਚ ਆਊਟ 12 ਨਵੰਬਰ 2023 ਨੂੰ ਇਹ ਰਿਲੀਜ਼ ਹੋਇਆ ਸੀ 6ਵਾਂ ਗੀਤ ਇਸੇ ਸਾਲ 2 ਫਰਵਰੀ ਨੂੰ ਰਿਲੀਜ਼ ਹੋਇਆ ਸੀ ਡ੍ਰੀਪੀ ਇਹ ਸਾਰੇ ਉਹ ਗੀਤ ਨੇ ਜਿਹੜੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਹੁਣ 7ਵਾਂ ਗੀਤ 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਦੱਸਿਆ ਕਿ ਇਹ ਜਿਹੜੇ ਗੀਤ ਸਿੱਧੂ ਮੂਸੇਵਾਲਾ ਦੇ ਉਹਨਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਸੀ ਕਰੋੜਾਂ ਤੱਕ ਇਹਨਾਂ ਦੇ ਵਿਊਜ਼ ਪਹੁੰਚ ਚੁੱਕੇ ਨੇ ਲੱਖਾਂ ਵਿੱਚ ਇਸ ਦੇ ਲਾਈਕ ਨੇ ਤੇ ਕਰੋੜਾਂ ਵਿੱਚ ਇਹਨਾਂ ਦੇ ਕਮੈਂਟਸ ਨੇ ਤਾਂ ਸਿੱਧੂ ਮੂਸੇਵਾਲਾ ਦੇ ਚਾਹੁੰ ਵਾਲਿਆਂ ਲਈ ਵੱਡੀ ਖੁਸ਼ਖਬਰੀ ਛੇਤੀ ਹੀ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 410 ਰਿਲੀਜ਼ ਹੋਣ ਜਾ ਰਿਹਾ ਹੈ ਰੈਪਰ ਸਨੀ ਮਾਲਟਨ ਦੇ ਨਾਲ ਉਹਨਾਂ ਦਾ ਇਹ ਗੀਤ ਹੈ ਜਿਹੜਾ ਕਿ 10 ਅਪ੍ਰੈਲ ਨੂੰ ਰਿਲੀਜ਼ ਹੋਵੇਗਾ